अज इस प्रोग्राम के दौरान असी जिक्र करांगे साडे खाण पीण दा। सुनन विच आ रहा है कि एक नवी खोज आई है कि जिस दे नाल कहा जा रहा है कि साडे खाण पीण दा साडे दिमाग ते इस दा की असर पैंदा है, किन्ना क असर पैंदा, ओ नई खोज है कि खोज बड़ी कमाल शुरू हुई कि जदों कईयां नूं इक अद नहीं लगभग हजारां यानी कह लो कि मोर देन 7000 सन लोग जिन्हां ते खोज कीती गई। साडियां अंतड़ियां लबालब भरियां पईयां ने चंगे कीटाणुआं नाल। हुण साडे ढिड दे विच्चों जिहड़ा कम्यूनिकेशन तुरनी है दिमाग दे नाल, ओह इक वेगस नर्व है साडी जो ये सारा कुछ रेगुलेट करती है किस तरीके किते कोई ये सारियां चीजां एंग्जायटी डिप्रेशन पैनिक अटैक ये सारे दे सारा कुछ देखा गया कि उहदे दौरान अमिगडला दे विच चंगी तगड़ी मूवमेंट शुरू होती है। उस हिलजुल सदका ही इन्हां राही पता लग्या भी जो भी कुछ असीं खाणा जे ਉਹਦੇ ਨਾਲ ਕਿਸ ਤਰੀਕੇ ਸਾਡੇ ਅੰਤੜੀਆਂ ਦੇ ਵਿੱਚ ਬੈਠੇ ਕੀਟਾਣੂਆਂ ਨੇ ਉਹਦੇ ਚੋਂ ਕੁਛ ਤੋੜਨਾ, ਕਿਹੜੇ ਤੱਤ ਕੱਢਣੇ ਨੇ, ਕਿ ਜਦੋਂ ਅਸੀਂ ਕਿਸੇ ਨੂੰ ਮਾੜਾ ਚੰਗਾ ਬੋਲਦਿਆਂ ਵੀ ਕੁਝ ਖਾਣ ਲੱਗੀਏ ਨਾ ਤਾਂ ਉਦੋਂ ਉਹਦਾ ਅਸਰ ਭਾਵੇਂ ਕਿੰਨੀ ਹੀ ਚੰਗੀ ਖੁਰਾਕ ਖਾਧੀ ਹੋਵੇ ਅੱਧੇ ਤੋਂ ਵੀ ਘੱਟ ਰਹਿ ਜਾਂਦਾ। ਯਾਨੀ ਉਹ ਖਾਣੇ ਜਿਨ੍ਹਾਂ ਨੂੰ ਤੁਸੀਂ ਜ਼ਿਆਦਾ ਦੇਰ ਤੱਕ ਸ਼ੈਲਫ ਲਾਈਫ ਵਧਾਉਣ ਦੇ ਲਈ ਜਿਨ੍ਹਾਂ 'ਚ ਅਸੀਂ ਚੀਜ਼ਾਂ ਪਾ ਦਿੰਦੇ ਹਾਂ ਉਹ ਬਹੁਤ ਤਗੜਾ ਨੁਕਸਾਨ ਕਰਦੇ ਨੇ। ਓਇਲ ਦੇ ਉੱਤੇ ਵੀ ਖੋਜ ਹੋਈ ਕਿ ਦੋਨੋਂ ਤਣਾਓ ਵਧਾਉਣ ਵਿੱਚ ਇਹਨਾਂ ਦਾ ਰੋਲ ਵੇਖਿਆ ਗਿਆ, ਕਿਉਂਕਿ ਇਹਨਾਂ ਵਿਚਲੇ ਕਿਹਾ ਗਿਆ ਕਿ ਓਮੇਗਾ 6 ਫੈਟੀ ਐਸਿਡ ਨੇ ਜਿਹੜਾ ਇਸ ਤਰੀਕੇ ਦਾ ਤਣਾਓ ਪੈਨਿਕ ਅਟੈਕ ਐਂਗਜ਼ਾਇਟੀ ਡਿਪਰੈਸ਼ਨ ਸਾਰਾ ਕੁਛ ਕਰਦੇ ਨੇ। ਫਿਰ ਇਕਦਮ ਜਿਵੇਂ ਉਹਦੀ ਲੈਵਲ ਡਿੱਗਦੀ ਜੇ ਚੱਕਰ ਦੀ ਅੰਦਰ ਸਰੀਰ ਅੰਦਰ ਤਾਂ ਫਿਰ ਉਹ ਤੁਹਾਨੂੰ ਇੱਕਦਮ ਇਹ ਦੇਖਣ ਵਿੱਚ ਆਇਆ ਕਿ ਉਹ ਜਦੋਂ ਚੂਹਿਆਂ ਨੂੰ ਦਿੱਤੀ ਗਈ ਉਸ ਖੋਜ ਦੇ ਵਿੱਚ ਤਾਂ ਦੇਖਿਆ ਉਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਐਂਗਜ਼ਾਇਟੀ ਅਟੈਕ ਘਬਰਾਹਟ ਇਸ ਤਰ੍ਹਾਂ ਦੀ ਮਹਿਸੂਸ ਹੋਈ। ਤਾਂ ਇਹ ਕਿਹਾ ਗਿਆ ਕਿ ਜਿਨ੍ਹਾਂ ਨੂੰ ਪੈਨਿਕ ਅਟੈਕ ਹੁੰਦੇ ਹੋਣ ਉਹਨਾਂ ਨੂੰ ਆਰਟੀਫਿਸ਼ਲ ਸਵੀਟਨਰ ਵੀ ਨਹੀਂ ਲੈਣੇ ਚਾਹੀਦੇ, ਕਿ ਜਿਨ੍ਹਾਂ ਨੂੰ ਲਗਾਤਾਰ ਹਰ ਖਾਣੇ ਬਾਅਦ ਮਿੱਠਾ ਖਾਣ ਦੀ ਆਦਤ ਹੋਵੇ। ਇਹ ਚੀਜ਼ਾਂ ਨਾਲ ਦੇਖਿਆ ਗਿਆ ਕਿ ਇਹਨਾਂ ਨੂੰ ਜਦੋਂ ਇਹਨਾਂ ਨੇ ਰੂਟੀਨ ਇਹੋ ਖਾਧਾ ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਜ਼ਿਕਰ ਕਰਾਂਗੇ ਸਾਡੇ ਖਾਣ ਪੀਣ ਦਾ। ਖਾਣ ਪੀਣ ਦਾ ਜ਼ਿਕਰ ਇਸ ਕਰਕੇ ਕਿਉਂਕਿ ਖਾਣ ਪੀਣ ਦੇ ਨਾਲ ਹੀ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ, ਹਰ ਇੱਕ ਬਿਮਾਰੀ ਇਸ ਦੇ ਨਾਲ ਕਿਤੇ ਨਾ ਕਿਤੇ ਰਿਲੇਟਡ ਹੈ, ਕਿਉਂਕਿ ਕੁਝ ਉੱਚਾ ਨੀਵਾਂ ਖਾਣ ਦੇ ਨਾਲ ਤੁਹਾਡੀ ਸਿਹਤ ਕਿਸ ਤਰੀਕੇ ਦੇ ਨਾਲ ਉਸਦਾ ਡਿੱਗਾ ਆਉਂਦਾ, ਕੁਝ ਅੱਛਾ ਖਾਣ ਦੇ ਨਾਲ ਤੁਹਾਡੀ ਸਿਹਤ ਵਿੱਚ ਕਿਸ ਤਰੀਕੇ ਦੇ ਨਾਲ ਸੁਧਾਰ ਹੁੰਦਾ। ਸੋ ਲਾਈਫ ਸਟਾਈਲ ਉਹਦੇ ਵਿੱਚ ਫੂਡ ਇਸ ਦੀ ਬਹੁਤ ਮਹੱਤਤਾ ਹੁੰਦੀ ਹੈ। ਅਸੀਂ ਅਕਸਰ ਸੁਣਿਆ ਹੈ ਕਿ ਖਾਣ ਪੀਣ ਦੇ ਨਾਲ ਸਾਡੇ ਸਰੀਰ 'ਤੇ ਕਿਹੋ ਜਿਹਾ ਅਸਰ ਹੁੰਦਾ, ਜਿਵੇਂ ਮੈਂ ਜ਼ਿਕਰ ਕਰ ਰਹੀ ਹਾਂ ਕਿ ਮਾੜਾ ਖਾਵਾਂਗੇ ਤਾਂ ਸਰੀਰ 'ਤੇ ਮਾੜਾ ਅਸਰ ਹੋਵੇਗਾ, ਚੰਗਾ ਖਾਵਾਂਗੇ ਤਾਂ ਸਰੀਰ 'ਤੇ ਚੰਗਾ ਅਸਰ ਹੋਵੇਗਾ। ਲੇਕਿਨ ਹੁਣ ਸੁਣਨ ਵਿੱਚ ਆ ਰਿਹਾ ਕਿ ਇੱਕ ਨਵੀਂ ਖੋਜ ਆਈ ਹੈ ਕਿ ਜਿਸ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਸਾਡੇ ਖਾਣ ਪੀਣ ਦਾ ਸਾਡੇ ਦਿਮਾਗ 'ਤੇ ਇਸਦਾ ਕੀ ਅਸਰ ਪੈਂਦਾ ਹੈ, ਕਿੰਨਾ ਕੁ ਅਸਰ ਪੈਂਦਾ, ਉਹ ਨਈ ਖੋਜ ਹੈ ਕਿ ਉਸਦੇ ਵਿੱਚ ਕੀ ਦੱਸਿਆ ਗਿਆ, ਦਿਮਾਗ ਔਰ ਖਾਣ ਪੀਣ ਦਾ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਤਾਲਮੇਲ ਹੈ, ਕਨੈਕਸ਼ਨ ਹੈ। ਅੱਜ ਇਸ ਬਾਬਤ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਔਰ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ, ਆਪਣੇ ਐਕਸਪੀਰੀਅੰਸ ਸਾਂਝੇ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਹਰਸ਼ਿੰਦਰ ਕੌਰ ਜੀ। ਮੈਂ ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਸਕਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਨਿੱਕੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਜੇਕਰ ਜ਼ਿਕਰ ਕਰਾਂ, ਅਸੀਂ ਖਾਣ ਪੀਣ ਦਾ ਜ਼ਿਕਰ ਕਰਨਾ ਕਿਉਂਕਿ ਮੈਂ ਜਾਣਦੀ ਹਾਂ ਤੁਹਾਡਾ ਸਕੈਡਿਊਲ ਬਹੁਤ ਜ਼ਿਆਦਾ ਹੀ ਬਿਜ਼ੀ ਹੈ, ਤੁਹਾਨੂੰ ਬਿਲਕੁਲ ਸਾਹ ਲੈਣ ਦਾ ਵੀ ਸਮਾਂ ਨਹੀਂ ਮਿਲਦਾ। ਸੋ ਸਭ ਤੋਂ ਪਹਿਲਾਂ ਜ਼ਰੂਰੀ ਬਣਦਾ ਹੈ ਕਿਉਂਕਿ ਤੁਸੀਂ ਧੀ ਕਹਿੰਦੇ ਹੋ, ਸੋ ਇੱਕ ਧੀ ਆਪਣੀ ਮਾਂ ਨੂੰ ਜ਼ਰੂਰ ਪੁੱਛੇਗੀ ਕਿ ਖਾਣਾ ਖਾਧਾ ਅੱਜ ਜਾਂ ਨਹੀਂ ਖਾਧਾ। ਨਹੀਂ, ਸਵੇਰ ਦੇ ਲਗਾਤਾਰ ਡਿਊਟੀ 'ਤੇ 7 ਵਜੇ ਦਾ ਖਾਧਾ ਹੋਇਆ ਤੇ 3:30 ਹੋ ਗਏ ਨੇ, ਦੇਖ ਲਓ। ਵਾਕਈ ਹੁਣ ਤੁਸੀਂ ਗੱਲ ਵੀ ਖਾਣੇ ਦੀ ਛੇੜ ਦਿੱਤੀ ਹੈ ਤੇ ਜ਼ੁਲਮ ਹੈ।
ਕਿਉਂਕਿ ਤੁਸੀਂ ਸਾਰਿਆਂ ਨੂੰ ਦੱਸਦੇ ਹੋ ਕਿ ਕਿਸ ਤਰੀਕੇ ਨਾਲ ਸਮੇਂ ਤੇ ਖਾਣ ਪੀਣ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਮੇਂ ਤੇ ਖਾਣ ਪੀਣ ਨਹੀਂ ਖਾਓਗੇ ਤਾਂ ਫਿਰ ਬਾਕੀਆਂ ਲਈ ਐਗਜ਼ਾਮਪਲਸ ਕਿਵੇਂ ਸੈੱਟ ਕਰੋਗੇ? ਸੋ ਆਪਣੀ ਸਿਹਤ ਦਾ ਤੁਸੀਂ ਵੀ ਖਿਆਲ ਰੱਖੋ, ਕਿਉਂਕਿ ਸਾਨੂੰ ਬਹੁਤ ਲੋੜ ਹੈ ਤੁਹਾਡੀ। ਬਹੁਤ ਧੰਨਵਾਦ, ਕਿਉਂਕਿ ਜਦੋਂ ਇਹੋ ਜਿਹੀ ਗੱਲ ਸੁਣਦੇ ਨਾ ਤਾਂ ਕਿ ਢਿੱਡ ਤੇ ਵੈਸੇ ਹੀ ਰੱਜ ਜਾਂਦਾ ਹੈ ਤੇ ਮੈਨੂੰ ਚਿੰਤਾ ਹੈ। ਬੜੇ ਸ਼ੁਰੂ ਤੋਂ ਹੀ ਅਸੀਂ ਪੜ੍ਹਦੇ ਸੁਣਦੇ ਰਹੇ ਕਿ ਭਈ ਕਿਸੇ ਦੇ ਜਦੋਂ ਇਹ ਗੱਲਾਂ ਤੁਰਦੀਆਂ ਸਨ ਜਾਂ ਪੜ੍ਹਨ ਨੂੰ ਵੀ ਮਿਲਦਾ ਸੀ, ਕਹਿੰਦੇ ਸਨ ਕਿ ਜੇ ਤੁਸੀਂ ਕਿਸੇ ਔਰਤ ਨੂੰ, ਯਾਨੀ ਇਹ ਸਲਾਹ ਦਿੱਤੀ ਜਾਂਦੀ ਸੀ ਕਿ ਜੇ ਪਤੀ ਦੇ ਦਿਮਾਗ ਜਾਂ ਦਿਲ ਦੇ ਉੱਤੇ ਰਾਜ ਕਰਨਾ ਨਾ ਤੇ ਰਾਹ ਢਿੱਡ ਦੇ ਰਾਹੀਂ ਜਾਂਦਾ। ਸੋ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਲੰਘਿਆ ਇੱਕ ਬਗਾਵਤੀ ਸੁਰ ਉੱਠੀ ਕਿ ਕਿਉਂ ਭਾਈ ਸਿਰਫ ਔਰਤ ਹੀ ਕਿਉਂ ਬਣਾਵੇ, ਬੰਦਾ ਕਿਉਂ ਨਹੀਂ ਬਣਾ ਸਕਦਾ। ਸੋ ਉਹ ਇੱਕ ਵੱਖਰਾ ਯਾਨੀ ਇੱਕ ਮੂਵਮੈਂਟ ਸ਼ੁਰੂ ਹੋਈ ਇੱਕ ਔਰਤ ਦੀ ਜਾਗਰਤੀ ਦੇ ਨਾਲ ਕਿ ਨਹੀਂ ਜੀ ਨਹੀਂ, ਜੇ ਬੰਦੇ ਨੇ ਵੀ ਔਰਤ ਦੇ ਮਨ ਤੱਕ ਜਾਂ ਦਿਮਾਗ ਤੱਕ ਪਹੁੰਚਣਾ ਤਾਂ ਫਿਰ ਉਹਨੂੰ ਵੀ ਖਾਣਾ ਹੀ ਬਣਾਉਣਾ ਪੈਣਾ, ਢਿੱਡ ਰਾਹੀਂ ਜਾਣਾ। ਸੋ ਸਾਡੇ ਲਈ ਮਜ਼ਾਕ ਦੀ ਗੱਲ ਸੀ ਡਾਕਟਰਾਂ ਲਈ ਕਿ ਚਲੋ ਇਹ ਤਾਂ ਹੈ ਵੀ ਚੰਗਾ ਤਾਂ ਲੱਗਦਾ ਹੀ ਹੈ, ਕਿਸੇ ਦਾ ਹੱਥ ਦਾ ਸਵਾਦੀ ਜੀ ਚੀਜ਼ ਖਾ ਲਓ, ਬੜੇ ਚਿਰਾਂ ਤੱਕ ਯਾਦ ਰਹਿ ਜਾਂਦੀ। ਇਹ ਖੋਜ ਬੜੀ ਕਮਾਲ ਸ਼ੁਰੂ ਹੋਈ ਕਿ ਜਦੋਂ ਕਈਆਂ ਨੂੰ ਇੱਕ ਅੱਧ ਨਹੀਂ ਲਗਭਗ ਹਜ਼ਾਰਾਂ ਯਾਨੀ ਕਹਿ ਲਓ ਕਿ ਮੋਰ ਦੈਨ 7000 ਸਨ ਲੋਕ ਜਿਨ੍ਹਾਂ ਤੇ ਖੋਜ ਕੀਤੀ ਗਈ ਭਈ ਤੁਸੀਂ ਫਲਾਣੀ ਥਾਂ ਤੇ ਜਦੋਂ ਘੁੰਮਣ ਗਏ ਉਦੋਂ ਦੱਸੋ ਤੁਹਾਨੂੰ ਕੀ ਚੇਤੇ ਰਿਹਾ, ਤੇ ਫਿਰ ਫਲਾਣੀ ਥਾਂ ਜਦੋਂ ਗਏ 5 ਸਾਲ ਪਹਿਲਾਂ, 7 ਸਾਲ ਪਹਿਲਾਂ, 4 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ। ਇੰਟਰਸਟਿੰਗ ਚੀਜ਼ ਇਹ ਦੇਖਣ ਨੂੰ ਮਿਲੀ ਕਿ ਜਿੰਨਿਆਂ ਨੂੰ ਵੀ ਪੁੱਛਿਆ ਜਾ ਰਿਹਾ ਸੀ ਉੱਥੇ ਕੀ ਚੀਜ਼ ਤੁਹਾਨੂੰ ਬਹੁਤ ਸੋਹਣੀ ਲੱਗੀ, ਤਾਂ ਸਾਰਿਆਂ ਨੇ ਚੇਤੇ ਕਿਵੇਂ ਕੀਤਾ ਕਿ ਉਸ ਥਾਂ ਤੇ ਅੱਛਾ ਕੀ ਸੀ, ਅੱਛਾ ਅੱਛਾ ਜਿੱਥੇ ਉਹ ਖਾਸ ਤਰ੍ਹਾਂ ਦੀ ਮੱਛੀ ਖਾਧੀ ਸੀ, ਉਹ ਜਿੱਥੇ ਗੋਲ ਗੱਪੇ ਬਾਹਰ ਖੜ ਕੇ ਖਾਏ ਸੀ। ਯਾਨੀ ਹਰ ਇੱਕ ਨੇ ਉਸ ਥਾਂ ਨੂੰ ਯਾਦ ਕਰਨ ਲਈ ਕੁੱਝ ਅਜਿਹਾ ਨੁਕਤਾ ਜਿਸ ਚ ਖਾਣਾ ਪੀਣਾ ਸ਼ਾਮਿਲ ਸੀ ਉਹ ਦੱਸਿਆ ਵੀ ਹਾਂ ਹਾਂ ਉਹ ਥਾਂ ਉੱਥੇ ਜਦੋਂ ਆਹ ਖਾਧਾ, ਬਿਲਕੁਲ ਬਿਲਕੁਲ ਉੱਥੇ ਆਹ ਚੀਜ਼ ਦੇਖ ਰਹੇ ਸੀ, ਉੱਥੇ ਬਹੁਤ ਖੂਬਸੂਰਤ ਮੌਸਮ ਸੀ, ਉੱਥੇ ਮੀਂਹ ਪੈ ਰਿਹਾ ਸੀ ਜਦੋਂ ਨਾਲ, ਬਿਲਕੁਲ ਬਿਲਕੁਲ ਉਦੋਂ ਮੈਂ ਉੱਥੇ ਆ ਫਲਾਣਾ ਸੂਦੀ ਪੀਤੀ ਸਮੂਦੀ ਪੀਤੀ ਨਾ, ਬਿਲਕੁਲ ਬਿਲਕੁਲ ਮੈਨੂੰ ਚੇਤੇ ਆ ਉੱਥੇ ਇਹ ਚੀਜ਼ ਦਿਖ ਰਹੀ ਸੀ। ਯਾਨੀ ਹਰ ਬਹੁਤ ਵਧੀਆ ਖੂਬਸੂਰਤ ਯਾਦ ਦੇ ਵਿੱਚ ਇੱਕ ਖਾਣ ਦੀ ਚੀਜ਼ ਜ਼ਰੂਰ ਅੜੀ ਹੋਈ। ਮੈਂ ਵੀ ਕੋਸ਼ਿਸ਼ ਕੀਤੀ ਜਦੋਂ ਇਹ ਖੋਜ ਦੇਖੀ ਵੀ ਕਿਉਂ ਕੀਤੀ ਗਈ, ਤਾਂ ਜਦੋਂ ਵਾਪਸ ਇਸੇ ਤਰ੍ਹਾਂ ਮੈਂ ਵੀ ਕੁਛ ਯਾਦਾਂ ਫਰੋਲਨੀਆਂ ਚਾਹੀਆਂ ਤੇ ਮੈਨੂੰ ਵਾਕਈ ਖਿਆਲ ਆਇਆ ਵੀ ਹਾਂ ਫਲਾਣੀ ਥਾਂ ਤੇ ਬਹੁਤ ਸਵਾਦ ਆਲੂ ਦਾ ਪਰੌਂਠਾ ਖਾਇਆ ਸੀ, ਵਾਕਈ ਉਹ ਥਾਂ ਬਾਹਰ ਸੀ ਇਸ ਥਾਂ ਤੇ ਇੰਜ, ਫਿਰ ਅਸੀਂ ਬੱਸ ਫੜੀ ਇੰਜ ਥੈਕੜੀ ਅਸੀਂ ਗਏ ਸਾਂ ਕੇਰਲਾ। ਯਾਨੀ ਉਹ ਚੀਜ਼ ਖਾਣ ਦੇ ਨਾਲ ਉਹ ਵਾਕਈ ਯਾਦ ਇੱਕ ਵਿਸ਼ਾਲ ਰੂਪ ਧਾਰਨ ਕਰ ਗਈ। ਹੁਣ ਖੋਜ ਲਈ ਕਿਸੇ ਵੀ ਮਨੋਵਿਗਿਆਨੀ ਡਾਕਟਰ ਨੂੰ ਬਹੁਤ ਸੀ ਕਿ ਆਖਿਰ ਕੀ ਨੁਕਤਾ ਹੈ ਵੀ ਢਿੱਡ ਵਿੱਚ ਗਈ ਚੀਜ਼ ਕਿਵੇਂ ਇੰਨੇ ਸਾਲਾਂ ਬਾਅਦ ਵੀ ਉਹ ਸਵਾਦ ਜੀਭ ਨੂੰ ਆ ਜਾਂਦਾ ਜਦੋਂ ਤੁਸੀਂ ਯਾਦ ਕਰਦੇ ਹੋ, ਤੇ ਕਿਵੇਂ ਇੱਕ ਚਿਹਰੇ ਤੇ ਰੂਹਾਨੀ ਨੂਰ ਆ ਜਾਣਾ ਵੀ ਹਾਂ ਹਾਂ 5 ਜਣਿਆਂ ਨੇ ਜਦੋਂ ਖਾਏ ਸੀ ਨਾ ਗੋਲ ਗੱਪੇ ਬੜਾ ਮਜ਼ਾ ਆਇਆ ਸੀ, ਅਸੀਂ ਫਲਾਣੇ ਨੂੰ ਛੇੜਿਆ ਫਲਾਣੇ ਨੂੰ ਤੰਗ ਕੀਤਾ। ਯਾਨੀ ਇਹ ਗੱਲ ਜਦੋਂ ਅਸਲ ਖੋਜ ਦਾ ਜਦੋਂ ਜਦੋਂ ਸ਼ੁਰੂ ਕੀਤੀ ਗਈ ਤਾਂ ਲਗਭਗ 10 ਲੱਖ ਲੋਕਾਂ ਤੇ ਇਹ ਖੋਜ ਕੀਤੀ। ਹੁਣ ਉਹਦੇ ਵਿੱਚ ਦੇਖਣ ਨੂੰ ਇਹ ਮਿਲਿਆ ਕਿ ਸਾਡੀਆਂ ਅੰਤੜੀਆਂ ਦੇ ਵਿੱਚ, ਤੁਸੀਂ ਹੈਰਾਨ ਹੋਵੋਗੇ, ਅਸੀਂ ਇੱਕ ਕੋਵਿਡ ਤੋਂ ਸਾਰੇ ਜਣੇ ਤਰਹਿ ਗਏ ਸਾਂ, ਪਰ 40 ਟ੍ਰਿਲੀਅਨ ਕੀਟਾਣੂ ਨੇ, ਯਾਨੀ ਗਿਣਤੀ ਤਾਂ ਕਰ ਹੀ ਨਹੀਂ ਸਕਦੇ ਅਸੀਂ, ਅੱਖਾਂ ਨਾਲ ਦੇਖਣਾ ਚਾਹੀਏ ਦਿਖਦਾ ਹੀ ਨਹੀਂ, ਇੱਕ ਤਰੀਕੇ ਕਹਿ ਸਕਦੇ ਹਾਂ ਕਿ ਸਾਡੀਆਂ ਅੰਤੜੀਆਂ ਲਬਾ ਲਬ ਭਰੀਆਂ ਪਈਆਂ ਨੇ ਚੰਗੇ ਕੀਟਾਣੂਆਂ ਨਾਲ। ਜ਼ਰਾ ਕੁਦਰਤ ਦੀ ਕਾਰੀਗਰੀ ਦੇਖੋ, ਅਸੀਂ ਕਹਿੰਦੇ ਹਾਂ ਅਸੀਂ ਰੱਬ ਦੇ ਨੇੜੇ ਤੇੜੇ ਪਹੁੰਚ ਗਏ ਹਾਂ, ਮੈਨੂੰ ਤੇ ਲੱਗਦਾ ਨੇੜੇ ਤੇੜੇ ਤਾਂ ਛੱਡੋ, ਅਸੀਂ ਤਾਂ ਉਹਦਾ ਇੱਕ ਕਣ ਵੀ ਨੇੜੇ ਤੇੜੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਉੱਥੇ ਪਹੁੰਚਣ ਦੀ, ਗੱਲਾਂ ਤਾਂ ਅਸੀਂ ਬਹੁਤ ਕੁਛ ਕਰਦੇ ਹਾਂ ਸਦੀ ਵੀ ਰਹਿਣ ਦੀਆਂ ਵੀ। ਹੁਣ ਇੰਨੇ 40 ਟ੍ਰਿਲੀਅਨ ਕੀਟਾਣੂ ਅੰਤੜੀਆਂ ਵਿੱਚ ਪਏ ਹੋਣ ਦਾ ਬਹੁਤ ਅਲੱਗ ਅਲੱਗ ਕੰਮ ਦਿੱਤੇ ਹੋਏ, ਜਿਨ੍ਹਾਂ ਵਿੱਚ ਉਹਨਾਂ ਨੇ ਮਾੜੇ ਕੀਟਾਣੂਆਂ ਨੂੰ ਮਾਰਨਾ ਵੀ ਹੈ, ਸਰੀਰ ਲਈ ਲੋੜੀਂਦੇ ਬੀ ਕੰਪਲੈਕਸ ਬਣਾਉਣੇ ਆ, ਜਦੋਂ ਜਿਹੜਾ ਅਸੀਂ ਗੰਦ ਬਲਾ ਜੋ ਵੀ ਖਾਂਦੇ ਹਾਂ ਉਹਦੇ ਵਿੱਚ ਕੁਛ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਰੀਰ ਲਈ ਹਾਨੀਕਾਰਕ ਨੇ ਉਹਨਾਂ ਨੂੰ ਕਿਵੇਂ ਤੋੜ ਭੰਨ ਕੇ ਸਰੀਰ ਤੋਂ ਬਾਹਰ ਕੱਢਣਾ, ਕਿਵੇਂ ਗੁਰਦੇ ਨੂੰ ਬਚਾਉਣਾ, ਕਿਹੜੀ ਚੀਜ਼ ਕਰਨ ਕਿ ਉਹਨੂੰ
ਯਾਨੀ ਜਿੰਨਾ ਰੋਗ ਮੁਕਤ ਰੱਖ ਸਕਦੇ ਨੇ ਕੋਸ਼ਿਸ਼ ਸਰੀਰ ਵੱਲੋਂ ਕੀਤੀ ਜਾਂਦੀ। ਪਰ ਜਦੋਂ ਅਸੀਂ ਹੱਦੋਂ ਵੱਧ ਇਹੋ ਜਿਹੀ ਚੀਜ਼ ਖਾ ਲੈਂਦੇ ਹਾਂ ਜੋ ਨੁਕਸਾਨਦੇਹ ਹੈ, ਉਦੋਂ ਫਿਰ ਇੱਕ ਸੁਨੇਹਾ ਜੋ ਤੁਰਨਾ ਹੁੰਦਾ। ਦੇਖੋ ਅੱਜ ਕੱਲ੍ਹ ਦੇ ਦਿਨ ਅਸੀਂ ਆਮ ਹੀ ਗੱਲ ਕਰ ਲੈਂਦੇ ਹਾਂ ਜੀ, ਖਾ ਕੇ ਇੰਨਾ ਅਫਾਰਾ ਹੋ ਗਿਆ ਕਿ ਮੈਨੂੰ ਨੀਂਦ ਨਹੀਂ ਆਈ, ਪਲਸੇਟੇ ਲੈਂਦੇ ਰਹੇ, ਇਹੋ ਜਿਹੀਆਂ ਚੀਜ਼ਾਂ ਕਰਨੀਆਂ, ਜਾਂ ਮੈਂ ਫਲਾਣਾ ਕੁਛ ਖਾਧਾ ਮੈਨੂੰ ਜੀ ਉਸ ਤੋਂ ਬਾਅਦ ਟੱਟੀਆਂ ਲੱਗ ਗਈਆਂ ਜਾਂ ਮੈਨੂੰ ਉਲਟੀਆਂ ਲੱਗ ਗਈਆਂ, ਇਹੋ ਜਿਹਾ ਆਮ ਸੁਣਨ ਨੂੰ ਮਿਲਦਾ। ਹੁਣ ਸਾਡੇ ਢਿੱਡ ਦੇ ਵਿੱਚੋਂ ਜਿਹੜਾ ਕਮਿਊਨੀਕੇਸ਼ਨ ਤੁਰਨੀ ਹੈ ਦਿਮਾਗ ਦੇ ਨਾਲ, ਉਹ ਇੱਕ ਵੇਗਸ ਨਰਵ ਹੈ ਸਾਡੀ, ਜੋ ਇਹ ਸਾਰਾ ਕੁਛ ਰੈਗੂਲੇਟ ਕਰਦੀ ਹੈ ਕਿਸ ਤਰੀਕੇ ਕਿਤੇ ਕੋਈ ਸੋਜਿਸ਼ ਹੋਣੀ ਹੈ, ਕਿਸ ਤਰੀਕੇ ਸਾਡਾ ਕੋਈ ਹਾਰਮੋਨ ਕਿੰਨਾ ਕਿੱਥੋਂ ਨਿਕਲਣਾ ਹੈ, ਤੇ ਕਿਵੇਂ ਦੀ ਸਾਡੀ ਦਿਮਾਗੀ ਸਿਹਤ ਉਹਦੇ ਉੱਤੇ ਆਧਾਰਿਤ ਹੋਣੀ ਹੈ। ਇਹ ਸਾਰਾ ਕੁਛ ਇੱਕ ਕਨੈਕਸ਼ਨ ਲੱਭਿਆ ਗਿਆ ਉਸ ਖੋਜ ਰਾਹੀਂ। ਹੁਣ ਦਿਮਾਗ ਦੇ ਵਿੱਚ ਇੱਕ ਸੈਂਟਰ ਜੇ, ਜਿਸਨੂੰ ਅਸੀਂ ਅਮਿਗਡਲਾ ਕਹਿੰਦੇ, ਇਹ ਸੈਂਟਰ ਜੇ ਜਿਹਨੇ ਜਦੋਂ ਅਸੀਂ ਘਬਰਾਹਟ ਦਾ ਅਟੈਕ ਹੋਣਾ ਹੈ, ਜਾਂ ਜਦੋਂ ਸਾਨੂੰ ਪੈਨਿਕ ਅਟੈਕ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਾਂ ਫਿਰ ਸਾਨੂੰ ਡਿਪਰੈਸ਼ਨ ਹੋਣੀ ਹੈ, ਇਹ ਸਾਰੀਆਂ ਚੀਜ਼ਾਂ, ਐਂਗਜ਼ਾਇਟੀ, ਡਿਪਰੈਸ਼ਨ, ਪੈਨਿਕ ਅਟੈਕ, ਇਹ ਸਾਰੇ ਦੇ ਸਾਰਾ ਕੁਛ ਦੇਖਿਆ ਗਿਆ ਕਿ ਉਹਦੇ ਦੌਰਾਨ ਅਮਿਗਡਲਾ ਦੇ ਵਿੱਚ ਚੰਗੀ ਤਗੜੀ ਮੂਵਮੈਂਟ ਸ਼ੁਰੂ ਹੁੰਦੀ ਜੇ। ਉਸ ਹਿਲਜੁਲ ਸਦਕਾ ਹੀ ਇਹ ਸਾਨੂੰ ਸਮਝ ਆਉਣ ਲੱਗੀ ਕਿ ਅੱਛਾ ਕੀ ਹੁੰਦੇ ਨੇ ਉਹ ਰਸ, ਉਹ ਤੱਤ ਜੋ ਅੰਤੜੀਆਂ ਚੋਂ ਨਿਕਲਦੇ ਨੇ, ਜਿਹਨਾਂ ਨੂੰ ਗੱਟ ਪੈਪਟਾਈਡ ਵੀ ਕਿਹਾ, ਕੀ ਤਰੀਕਾ ਜੇ ਚੋਂ ਸ਼ਾਰਟ ਚੇਨ ਫੈਟੀ ਐਸਿਡ, ਜਾਂ ਇਹ ਸਾਰਾ ਜੋ ਵੀ ਯਾਨੀ ਚੀਜ਼ਾਂ ਖੋਜ ਵਿੱਚ ਲੱਭੀਆਂ ਗਈਆਂ ਉਹਦਾ ਨਿਚੋੜ ਜੇ ਸਾਂਝਾ ਕਰੀਏ, ਬੜਾ ਕਮਾਲ ਦਾ ਜੇ। ਹੁਣ ਇਹਨਾਂ ਰਾਹੀਂ ਪਤਾ ਲੱਗਿਆ ਵੀ ਜੋ ਵੀ ਕੁਛ ਅਸੀਂ ਖਾਣਾ ਜੇ, ਉਹਦੇ ਨਾਲ ਕਿਸ ਤਰੀਕੇ ਸਾਡੇ ਅੰਤੜੀਆਂ ਦੇ ਵਿੱਚ ਬੈਠੇ ਕੀਟਾਣੂਆਂ ਨੇ ਉਹਦੇ ਜੋ ਕੁਛ ਤੋੜਨਾ, ਕਿਹੜੇ ਤੱਤ ਕੱਢਣੇ ਨੇ, ਕਿਹਨਾਂ ਨੇ ਉੱਥੇ ਜਿਹੜੇ ਰਿਸੈਪਟਰ ਬਣੇ ਹੋਣਗੇ ਦਿਮਾਗ ਤੱਕ ਉਹ ਸੁਨੇਹਾ ਉਸ ਤਰੀਕੇ ਦਾ ਚੰਗਾ ਜਾਂ ਮਾੜਾ ਪਹੁੰਚਾਉਣਾ, ਸਾਰਾ ਹੀ ਕੁਛ ਆਧਾਰਿਤ ਜੇ ਅਸੀਂ ਜੋ ਕੁਛ ਖਾਧਾ ਦੇ ਨਾਲੋ ਨਾਲ ਕਮਾ ਲਏ ਕਿ ਉਹ ਖਾਣ ਦੇ ਸਮੇਂ ਕਿਸ ਤਰੀਕੇ ਦਾ ਸਾਡਾ ਮੂਡ ਹੈ ਨਾ, ਕਮਾਲ ਦੀ ਗੱਲ। ਯਾਨੀ ਕਈ ਵਾਰ ਅਸੀਂ ਖੁਰਾਕ ਜਦੋਂ ਲੈਂਦੇ ਹਾਂ ਨਾ, ਆਪਾਂ ਸ਼ਾਇਦ ਤੇ ਧਿਆਨ ਨਹੀਂ ਕਿਸੇ ਨੂੰ ਬਹੁਤ ਮਾੜਾ ਚੰਗਾ ਬੋਲਦੇ, ਅਸੀਂ ਉਦੋਂ ਖਾ ਰਹੇ ਹੁੰਦੇ ਹਾਂ ਕਾਹਲੀ ਚ ਲੰਘਾਓ, ਮੇਰਾ ਤਾਂ ਬੌਸ ਉਹਦਾ ਬੇੜਾ ਹੀ ਗਰਕ ਜੇ ਜੀ, ਉਹ ਤਾਂ ਮੈਨੂੰ ਹੁਣੇ ਬਾਹਰ ਕੱਢੇਗਾ, ਦੌੜ ਕੇ ਚੱਲੋ, ਉਹ ਹੈ ਹੀ ਇਹੋ ਜਿਹੀ ਫਿੱਟ ਲਾਣਤ ਵਾਲਾ, ਤੇ ਬਹੁਤ ਕੁਛ ਬੋਲਦੇ ਜੋ ਤੁਸੀਂ ਕਿਵਾ ਕਰਿਓ, ਸ਼ਬਦ ਮਾੜੇ ਬੋਲ ਰਹੀ ਹਾਂ। ਪਰ ਇਹੋ ਚੀਜ਼ ਲੱਭੀ ਗਈ ਖੋਜ ਵਿੱਚ, ਜਦੋਂ ਅਸੀਂ ਆਪਣੇ ਬੌਸ ਨੂੰ ਪੁਣਦੇ, ਗਾਲਾਂ ਕੱਢਦੇ ਤੇ ਫਿਰ ਦੌੜਦੇ, ਕਹਿੰਦੇ ਹਾਂ ਵੀ ਜਲਦੀ ਨਾਲ ਲੰਘਾ ਲਈਏ, ਤੇ ਜਾਂ ਫਿਰ ਆਪਣੀ ਕਿਸੇ ਘਰਦੇ ਨੂੰ ਕਿਸੇ ਰਿਸ਼ਤੇਦਾਰੀ ਵਿੱਚ ਕਿਸੇ ਨੂੰ ਮਾੜਾ ਚੰਗਾ ਬੋਲਦੇ ਜਦੋਂ ਅਸੀਂ ਖਾਂਦੇ ਹੁੰਦੇ ਹਨ, ਉਹ ਸਾਰੇ ਦਾ ਸਾਰਾ ਅਸਰ ਸਾਡੇ ਸਰੀਰ ਅੰਦਰ ਨਿਕਲਦੇ ਰਸਾਂ ਦੇ ਉੱਪਰ, ਕਿੰਨੀ ਦੇਰ ਚੋਂ ਖਾਣਾ ਹਜ਼ਮ ਹੋਣਾ, ਤੇ ਕਿਸ ਤਰੀਕੇ ਦੇ ਉਹਦੇ ਚੋਂ ਚੰਗੇ ਤੱਤ ਕੱਢ ਕੇ ਸਾਡੇ ਸਰੀਰ ਨੇ ਰੱਖਣੇ ਹੈ, ਕਿੰਨੇ ਕੁ ਕੱਢ ਸਕਦਾ, ਜਾਂ ਕਿੰਨੇ ਕੁ ਅਸੀਂ ਤੇਜ਼ੀ ਨਾਲ ਗੱਟ ਕੇ ਕਿ ਉਹਨਾਂ ਚੋਂ ਚੰਗੇ ਤੱਤ ਕੱਢਣ ਦਾ ਕੋਈ ਮੌਕਾ ਮਿਲਿਆ ਹੀ ਨਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਧਾਰਿਤ ਵੇਖਿਆ ਗਿਆ ਕਿ ਜਦੋਂ ਅਸੀਂ ਕਿਸੇ ਨੂੰ ਮਾੜਾ ਚੰਗਾ ਬੋਲਦਿਆਂ ਵੀ ਕੁਝ ਖਾਣ ਲੱਗੀਏ ਨਾ, ਤਾਂ ਉਦੋਂ ਉਹਦਾ ਅਸਰ ਭਾਵੇਂ ਕਿੰਨੀ ਹੀ ਚੰਗੀ ਖੁਰਾਕ ਖਾਧੀ ਹੋਵੇ ਅੱਧੇ ਤੋਂ ਵੀ ਘੱਟ ਰਹਿ ਜਾਂਦਾ। ਹੁਣ ਤੁਸੀਂ ਸਮਝ ਸਕਦੇ ਹੋ ਕਿ ਇਹ ਸਾਰਾ ਕੁਛ ਦੇ ਵਿੱਚ ਜਦੋਂ ਅਸੀਂ ਥੋੜਾ ਬਹੁਤ ਕੋਈ ਮਾੜੀ ਚੀਜ਼ ਵੀ ਲੰਘਾ ਲਈ ਹੋਵੇ, ਯਾਨੀ ਅਸੀਂ ਹੁਣ ਚਾਟ ਖਾਧੀ ਹੋਈ ਖਰਾਬ ਹੈ, ਜਾਂ ਗੋਲ ਗੱਪਿਆਂ ਦਾ ਪਾਣੀ ਖਾ ਪੀਤਾ ਹੀ ਉਹ ਹੈ ਹੁਣ ਜਿਸ 'ਚ ਕਾਫੀ ਗੰਦਗੀ ਸੀ, ਤੇ ਫਿਰ ਅਸੀਂ ਡਾਕਟਰ ਨੂੰ ਕਹੀਏ ਵੀ ਦੇਖੀ ਦਵਾਈ ਗਰਮ ਨਾ, ਤੇ ਇਹਦੇ ਕਿਤੇ ਅਸੀਂ ਤਾਂ ਬਹੁਤ ਕੁਛ ਗੰਦ ਪਲਾ ਖਾ ਰਹੇ ਹਾਂ। ਸੋ ਉਹਦੇ ਵਿੱਚ ਜਿਹੜੇ ਖਾਸ ਤੌਰ ਤੇ ਇੱਕ ਗ੍ਰਾਮ ਨੈਗੇਟਿਵ ਕੀਟਾਣੂ ਹੁੰਦੇ ਬਹੁਤ ਅਹਿਮ ਰੋਲ ਅਦਾ ਕਰਦੇ ਨੇ, ਜਿਹੜੇ ਅੰਤੜੀਆਂ ਦੇ ਯਾਨੀ ਜਿਹੜੀ ਪਰਤ ਨੂੰ ਛਿੱਲ ਕੇ ਉਹਦੇ ਵਿੱਚੋਂ ਦੀ ਨਿਕਲ ਕੇ ਲਹੂ ਦੇ ਵਿੱਚ ਵੜ ਜਾਣਾ, ਤੇ ਫਿਰ ਉੱਥੋਂ ਉਹਨੇ ਸਾਰੇ ਪਾਸੇ ਫੈਲਣਾ, ਬਿਮਾਰੀ ਕਰਨੀ, ਤੇ ਫਿਰ ਉਹ ਸਾਰੇ ਮਾੜੇ ਤੱਤ ਜਿਹਨਾਂ ਨੂੰ ਕੀਟਾਣੂ ਜਿਹੜੇ ਚੰਗੇ ਸਨ ਉਹਨਾਂ ਨੇ ਹਜ਼ਮ ਕਰਕੇ ਸਰੀਰ ਨੂੰ ਲਾਉਣੇ ਸਨ, ਉਹ ਤਾਂ ਕਿਤੇ ਗਏ, ਉਹ ਤਾਂ ਖਤਮ, ਬਾਹਰ ਨਿਕਲ ਗਏ।
ਤੇ ਮਾੜੇ ਤੱਤ ਜਿਹੜੇ ਉਹ ਸਾਰੇ ਅੰਦਰ ਸਰੀਰ ਚ ਫੈਲ ਗਏ। ਸੋ ਇਹਦੇ ਨਾਲ ਵੇਖਣ ਚ ਕੀ ਆਇਆ ਕਿ ਜਿਹੜੇ ਜਿਹੜੇ ਖਾਣ ਲੱਗਿਆ ਸਹਿਜ ਭਾਵ ਨਾਲ ਜਾਂ ਚੰਗੀਆਂ ਗੱਲਾਂ ਕਰਦੇ ਹੋਏ ਜਾਂ ਸੋਹਣੀਆਂ ਚੰਗੀਆਂ ਗੱਲਾਂ ਸੁਣਦੇ ਹੋਏ ਖਾਣਾ ਨਹੀਂ ਸਨ ਖਾ ਰਹੇ, ਉਹਨਾਂ ਵਿੱਚ ਤਣਾਅ ਦੇ ਹਾਰਮੋਨ ਖਾਣੇ ਤੋਂ ਬਾਅਦ ਦੁੱਗਣੇ ਤਿਗਣੇ ਜਾਂ 4 ਗੁਣਾ ਹੋਏ ਵੀ ਨੱਪੇ। ਤੇ ਉਹਨਾਂ ਦੀ ਖੁਰਾਕ ਵਿੱਚੋਂ ਚੰਗੇ ਤੱਤਾਂ ਦਾ ਹਜ਼ਮ ਹੋਣਾ ਵੀ ਘਟਿਆ ਲੱਭਿਆ। ਤੇ ਇਹਨਾਂ ਹੀ ਵਿੱਚ ਥੋੜੇ ਚਿਰ ਲਈ ਬਲੱਡ ਪ੍ਰੈਸ਼ਰ ਦਾ ਵਧਣਾ, ਧੜਕਣ ਦਾ ਵਧਣਾ ਤੇ ਫਿਰ ਬਾਅਦ ਵਿੱਚ ਪੈਨਿਕ ਅਟੈਕਸ, ਡਿਪਰੈਸ਼ਨ, ਐਂਗਜ਼ਾਇਟੀ ਇਹਨਾਂ ਵਿੱਚ ਕਾਫੀ ਵੱਧਦੇ। ਹੁਣ ਜ਼ਰਾ ਅੰਦਾਜ਼ਾ ਲਾਓ ਕਿ ਜਦੋਂ ਸਾਡੀ ਮਾਂ ਪਿਆਰ ਦੇ ਨਾਲ ਖਵਾਉਂਦੀ ਤੇ ਫਿਰ ਕਹਿਣਾ ਚੱਲ ਸ਼ੁਰੂ ਕਰਨ ਤੋਂ ਪਹਿਲਾਂ ਕਹਿ ਹੱਥ ਜੋੜ ਕੇ ਸ਼ੁਕਰ ਹੈ ਰੱਬਾ ਸਾਨੂੰ ਇਸ ਵੇਲੇ ਦਾ ਖਾਣਾ ਮਿਲਿਆ, ਤੇ ਫਿਰ ਉਦੋਂ ਚੰਗੀਆਂ ਚੰਗੀਆਂ ਗੱਲਾਂ ਕਹਾਣੀਆਂ ਸੁਣਾਉਂਦਿਆਂ ਜਦੋਂ ਖਾਣਾ ਖਾਧਾ ਜਾਂਦਾ ਸੀ। ਸੱਚਮੁੱਚ ਰੱਬਾਨੀ ਜੀ ਐਵੇਂ ਹੀ ਨਹੀਂ ਸੀ ਕਿ ਉਦੋਂ ਅਸੀਂ ਕਹਿੰਦੇ ਸਾਂ ਕਿ ਰੋਗ ਤਾਂ ਹੁੰਦੇ ਹੀ ਨਹੀਂ, ਖੁਰਾਕ ਇੱਕ ਤੁੱਕਾ ਫੁਲਕਾ ਵੀ ਖਾਧਾ ਜਾਂਦਾ ਸੀ ਨਾ ਤੇ ਕਮਾਲ ਦਾ ਅਸਰ ਵਿਖਾਉਂਦਾ। ਤੇ ਹੁਣ ਕਰੋੜਾਂ ਦਾ ਤੁਸੀਂ ਗਬਨ ਕਰਨ ਤੋਂ ਬਾਅਦ ਦੁਨੀਆਂ ਜਹਾਨ ਦੀ ਸਭ ਤੋਂ ਮਹਿੰਗੀ ਚੀਜ਼ ਖਾਣ ਤੋਂ ਬਾਅਦ ਵੀ ਫਿਰ ਕਹਿੰਦੇ ਹੋ ਮੈਨੂੰ ਬਲੱਡ ਪ੍ਰੈਸ਼ਰ ਵੀ ਹੋ ਗਈ, ਸ਼ੂਗਰ ਦੀ ਬਿਮਾਰੀ ਵੀ ਹੋ ਗਈ, ਮੈਨੂੰ ਤਾਂ ਹਾਰਟ ਅਟੈਕ ਵੀ ਹੋ ਗਿਆ, ਪਾਸਾ ਵੀ ਮਾਰਿਆ ਗਿਆ, ਸਵੀਅਰ ਡਿਪਰੈਸ਼ਨ ਦਾ ਸ਼ਿਕਾਰ ਹਾਂ, ਮੇਰੇ ਕੋਈ ਦੋਸਤ ਨਹੀਂ, ਕੋਈ ਮਿੱਤਰ ਨਹੀਂ, ਤਾਂ ਫਿਰ ਕਸੂਰਵਾਰ ਕੌਣ ਹੈ? ਯਾਨੀ ਬਹੁਤ ਅਹਿਮ ਗੱਲ ਮੈਂ ਕਹਿੰਦੀ ਹਾਂ ਜੀ, ਪੰਜਾਬੀਆਂ ਦੇ ਰਗ ਰਗ ਵਿੱਚ ਇਹ ਜੋ ਸਾਡੇ ਵਸਤੀ ਹੋਈ ਜੇ ਚੀਜ਼ ਕਿ ਖੁਸ਼ੀ ਦੇ ਨਾਲ ਆਓ ਦੂਜਿਆਂ ਨੂੰ ਵੀ ਅਸੀਂ ਨਾਲ ਸ਼ਾਮਿਲ ਕਰੀਏ ਤੇ ਅਸੀਂ ਵੰਡ ਕੇ ਛਕਦੇ ਵੀ ਹਾਂ ਤੇ ਖੁਸ਼ੀ ਜ਼ਾਹਰ ਕਰਦੇ ਹਾਂ ਉਸ ਮੌਕੇ ਉੱਤੇ, ਬਹੁਤ ਸਾਰੀਆਂ ਬਿਮਾਰੀਆਂ ਤੋਂ ਇਹ ਸਾਨੂੰ ਬਚਾਉਂਦਾ ਜੇ। ਜਿਹਨਾਂ ਵਿੱਚ ਕੁੱਝ ਅਹਿਮ ਗੱਲਾਂ ਜੇ ਸਮਾਂ ਦਿਓ ਮੈਂ ਦੱਸਣਾ ਚਾਹੁੰਦੀ ਹਾਂ ਜਿਹੜੀਆਂ ਵਾਕਈ ਵੀ ਅੱਜ ਕੱਲ੍ਹ ਅਸੀਂ ਵਰਤ ਵੀ ਰਹੇ ਹਾਂ ਤੇ ਖਤਰਨਾਕ ਵੀ, ਜਿਹਨਾਂ ਵਿੱਚ ਸ਼ਾਇਦ ਸਾਨੂੰ ਪਤਾ ਨਹੀਂ, ਪ੍ਰੋਸੈਸਡ ਫੂਡਸ, ਯਾਨੀ ਉਹ ਖਾਣੇ ਜਿਹਨਾਂ ਨੂੰ ਤੁਸੀਂ ਜ਼ਿਆਦਾ ਦੇਰ ਤੱਕ ਸ਼ੈਲਫ ਲਾਈਫ ਵਧਾਉਣ ਦੇ ਲਈ ਜਿਹਨਾਂ 'ਚ ਅਸੀਂ ਚੀਜ਼ਾਂ ਪਾ ਦਿੰਦੇ ਹਾਂ ਉਹ ਬਹੁਤ ਤਗੜਾ ਨੁਕਸਾਨ ਕਰਦੇ ਨੇ, ਖਾਸ ਤੌਰ 'ਤੇ ਸਾਡੇ ਚੰਗੇ ਕੀਟਾਣੂਆਂ ਨੂੰ ਖਤਮ ਕਰ ਦਿੰਦੇ। ਸੋ ਤੁਸੀਂ ਸੋਚ ਲਓ ਕਿੱਡਾ ਤਗੜਾ ਨੁਕਸਾਨ ਜੇ। ਫਿਰ ਉਹਨਾਂ ਵਿੱਚ ਖਾਸ ਤੌਰ 'ਤੇ ਇੱਕ ਕੋਰਨ ਆਇਲ ਅੱਜ ਕੱਲ੍ਹ ਅਸੀਂ ਬਹੁਤ ਜ਼ਿਆਦਾ ਵਰਤਦੇ ਹਾਂ, ਇਸ਼ਤਿਹਾਰਬਾਜ਼ੀ ਦਾ ਜ਼ਮਾਨਾ ਜੇ ਅਸੀਂ ਵਰਤਦੇ ਹਾਂ, ਜੋ ਚੀਜ਼ ਮਰਜ਼ੀ ਉਹ ਸਾਨੂੰ ਦਿਖਾ ਦੇਣ ਝੱਟ ਖਰੀਦ ਲਿਆਉਂਦੇ ਹਾਂ। ਇਸੇ ਤਰ੍ਹਾਂ ਸੋਇਆਬੀਨ ਆਇਲ ਦੇ ਉੱਤੇ ਵੀ ਖੋਜ ਹੋਈ ਕਿ ਦੋਨੋਂ ਤਣਾਅ ਵਧਾਉਣ ਵਿੱਚ ਇਹਨਾਂ ਦਾ ਰੋਲ ਵੇਖਿਆ ਗਿਆ, ਕਿਉਂਕਿ ਇਹਨਾਂ ਵਿਚਲੇ ਕਿਹਾ ਗਿਆ ਕਿ ਓਮੇਗਾ 6 ਫੈਟੀ ਐਸਿਡ ਨੇ ਜਿਹੜਾ ਇਸ ਤਰੀਕੇ ਦਾ ਤਣਾਅ, ਪੈਨਿਕ ਅਟੈਕ, ਐਂਗਜ਼ਾਇਟੀ, ਡਿਪਰੈਸ਼ਨ ਸਾਰਾ ਕੁਛ ਕਰਦੇ ਨੇ, ਜੋ ਸੈੱਲਾਂ ਵਿੱਚ ਜਾ ਕੇ ਉੱਥੇ ਯਾਨੀ ਉਹ ਕੀਟਾਣੂਆਂ ਰਾਹੀਂ ਆਕਸੀਡਾਈਜ਼ ਹੁੰਦੇ ਨੇ, ਫਿਰ ਉਹ ਸਾਰੇ ਆਪਣੇ ਮਾੜੇ ਅਸਰ ਦਿਖਾਉਂਦੇ ਨੇ। ਹੁਣ ਇਹਨਾਂ ਵਿੱਚ ਹੀ ਅਹਿਮ ਰੋਲ ਜੇ ਬਹੁਤ ਜ਼ਿਆਦਾ ਮਿੱਠੇ ਦਾ। ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹੁਣ ਕੇਕਸ, ਪੇਸਟਰੀਜ਼, ਰਸਗੁੱਲੇ, ਗੁਲਾਬ ਜਾਮੁਨ, ਜਲੇਬੀਆਂ, ਮੈਨੂੰ ਬੋਲਦਿਆਂ ਸੱਚ ਦੱਸਾਂ ਅੱਜ ਭੁੱਖ ਲੱਗੀ ਹੋਈ ਜੇ ਖਾਣਾ ਲੇਟ, ਔਰ ਅਸੀਂ ਅਕਸਰ ਭੁੱਖ ਦੇ ਦੌਰਾਨ ਜਦ ਖਾਣ ਪੀਣ ਦਾ ਨਾਂ ਲੈਂਦੇ ਹਾਂ ਤਾਂ ਭੁੱਖ ਵੱਧ ਜਾਂਦੀ ਹੈ। ਸੋ ਇਹ ਚੀਜ਼ਾਂ ਕੀਟਾਣੂਆਂ ਦਾ ਨੁਕਸਾਨ ਵੀ ਕਰਦੀਆਂ ਨੇ ਤੇ ਸਰੀਰ ਅੰਦਰ ਇੱਕਦਮ ਜਦੋਂ ਇਹ ਸ਼ੂਗਰ ਦੀ ਮਾਤਰਾ ਵੱਧਦੀ ਜੇ ਤਾਂ ਸਰੀਰ ਅੰਦਰ ਇਨਸੂਲਿਨ ਵੀ ਓਨੇ ਤਗੜੇ ਤਰੀਕੇ ਸਿਕ੍ਰੀਟ ਹੁੰਦੀ ਜੇ ਕਿ ਇਹਨਾਂ ਨੂੰ ਹਜ਼ਮ ਕਰ ਸਕੀਏ, ਤਾਂ ਉਹ ਸਡਨ ਫਿਰ ਇੱਕਦਮ ਜਿਵੇਂ ਉਹਦੀ ਲੈਵਲ ਡਿੱਗਦੀ ਜੇ ਸ਼ੱਕਰ ਦੀ ਅੰਦਰ ਸਰੀਰ ਅੰਦਰ, ਤਾਂ ਫਿਰ ਉਹ ਤੁਹਾਨੂੰ ਇੱਕਦਮ ਡਿਪਰੈਸ਼ਨ ਜਾਂ ਢਹਿੰਦੀ ਕਲਾ ਵਾਲੇ ਪਾਸੇ ਜਾਂ ਕਿਤੇ ਪੈਨਿਕ ਅਟੈਕ ਵਰਗੀ ਚੀਜ਼ ਕਰ ਸਕਦੀ ਹੈ। ਬਿਲਕੁਲ ਇੰਝ ਕਾਫੀ ਜਾਂ ਚਾਹ ਤੁਹਾਨੂੰ ਇੱਕਦਮ ਤਾਂ ਬਹੁਤ ਮਜ਼ਾ ਆਉਂਦਾ ਜੀ ਕਿ ਚਲੋ ਥਕਾਵਟ ਐਨ ਛੂ ਮੰਤਰ ਹੋਈ ਅਸੀਂ ਬਹੁਤ ਠੀਕ ਹੋ ਗਏ, ਪਰ ਕਿਉਂਕਿ ਉਹ ਬਾਅਦ ਵਿੱਚ ਡੀਹਾਈਡਰੇਸ਼ਨ ਕਰ ਦਿੰਦੀ ਜੇ, ਸੋ ਉਹਦੇ ਨਾਲ ਵੀ ਵੇਖਿਆ ਗਿਆ ਕਿ ਉਸੇ ਸਮੇਂ ਭਾਵੇਂ ਤੁਹਾਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੋਵੇ ਪਰ ਬਾਅਦ ਵਿੱਚ ਫਿਰ ਤੁਹਾਨੂੰ ਇਸੇ ਤਰੀਕੇ ਦੀ ਹਲਕੀ ਜਿਹੀ ਢਹਿੰਦੀ ਕਲਾ ਜਾਂ ਡਿਪਰੈਸ਼ਨ, ਨੀਂਦਰ ਠੀਕ ਨਾ ਆਉਣੀ ਵਰਗੇ ਚੀਜ਼ ਦਿਖ ਜਾਂਦੀਆਂ ਨੇ। ਇਹਨਾਂ ਵਿੱਚ ਇੱਕ ਆਰਟੀਫਿਸ਼ਲ ਸਵੀਟਨਰਸ ਉੱਤੇ ਵੀ ਖੋਜ ਹੋਈ ਜੋ ਕਿ ਆਮ ਤੌਰ ਤੇ ਸ਼ੱਕਰ ਰੋਗੀ ਇਹਨੂੰ ਵਰਤਦੇ ਨੇ। ਇਹ ਦੇਖਣ ਵਿੱਚ ਆਇਆ ਕਿ ਉਹ ਜਦੋਂ ਚੂਹਿਆਂ ਨੂੰ ਦਿੱਤੀ ਗਈ ਉਸ ਖੋਜ ਦੇ ਵਿੱਚ ਤਾਂ ਦੇਖਿਆ ਉਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਐਂਗਜ਼ਾਇਟੀ ਅਟੈਕ, ਘਬਰਾਹਟ ਇਸ ਤਰ੍ਹਾਂ ਦੀ ਮਹਿਸੂਸ ਹੋਈ। ਸੋ ਇਹ ਕਿਹਾ ਗਿਆ ਕਿ ਜਿਹਨਾਂ ਨੂੰ ਪੈਨਿਕ ਅਟੈਕਸ ਹੁੰਦੇ ਹੋਣ ਉਹਨਾਂ ਨੂੰ ਆਰਟੀਫਿਸ਼ਲ ਸਵੀਟਨਰ ਵੀ ਨਹੀਂ ਲੈਣੇ ਚਾਹੀਦੇ।
ਇਹਨਾਂ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਨੂੰ ਲਗਾਤਾਰ ਹਰ ਖਾਣੇ ਬਾਅਦ ਮਿੱਠਾ ਖਾਣ ਦੀ ਆਦਤ ਹੋਵੇ, ਉਹਦੇ ਵਿੱਚ ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਸਾਰੇ ਦਿਨ 'ਚ ਇੱਕ ਵਾਰ ਨਿੱਕਾ ਜਿਹਾ ਗੁੜ ਦਾ ਟੋਟਾ ਖਾ ਲਿਆ ਤੇ ਉਹ ਹਮੇਸ਼ਾ ਹੀ ਨੁਕਸਾਨ ਕਰੇਗਾ, ਮੈਂ ਇਹੋ ਜਿਹੀ ਗੱਲ ਬਿਲਕੁਲ ਨਹੀਂ ਕਹਿ ਰਹੀ। ਜੀਣਾ ਭਾਈ ਤੇ ਮਾੜਾ ਮੋਟਾ ਤਾਂ ਜੀਭ ਦਾ ਸਵਾਦ ਕਦੇ ਕਦਾਈ ਜ਼ਰੂਰ ਤੁਸੀਂ ਪੂਰਾ ਕਰ ਲਓ, ਪਰ ਜਦੋਂ ਰੁਟੀਨ ਬਣਾ ਲਿਆ ਜਾਵੇ ਕਿ ਹਰ ਰੋਜ਼ ਹੀ ਤੁਸੀਂ ਕਾਫੀ ਸ਼ੇਕਸ ਜਾਂ ਤੁਸੀਂ ਸਮੂਦੀ ਸਾਰਾ ਕੁਛ, ਮਿੱਠਾ ਹੀ ਹਮੇਸ਼ਾ ਤੁਸੀਂ ਜ਼ਿਆਦਾ ਪ੍ਰੈਫਰ ਕਰਨਾ, ਖਾਸ ਤੌਰ ਤੇ ਕੋਲਡ ਕਾਫੀ, ਇਹ ਚੀਜ਼ਾਂ ਨਾਲ ਦੇਖਿਆ ਗਿਆ ਕਿ ਇਹਨਾਂ ਨੂੰ ਜਦੋਂ ਇਹਨਾਂ ਨੇ ਰੁਟੀਨ ਇਹੋ ਖਾਧਾ ਤਾਂ 10 ਸਾਲ ਦੇ ਫੋਲੋ ਅਪ ਬਾਅਦ ਵੇਖਿਆ ਇਹਨਾਂ ਵਿੱਚ ਨਿਊਰੋਸਾਈਕੈਟ੍ਰਿਕ ਡਿਸਆਰਡਰ ਦਾ ਚਾਂਸ ਹੋਣ ਦੁੱਗਣੇ ਤੋਂ ਤਿਗਣੇ ਹੋ ਗਏ ਸਨ। ਯਾਨੀ ਇਹ ਬਾਅਦ ਵਿੱਚ ਵੀ ਇਹਨਾਂ ਨੂੰ ਛੇਤੀ ਡਿਪਰੈਸ਼ਨ ਜਾਂ ਭੜਕ ਜਾਣਾ ਇਕਦਮ, ਜਾਂ ਜਿਵੇਂ ਮੈਂ ਦੱਸਿਆ ਸੀ ਪਸੀਨਾ ਤਰੇਲੀਆਂ ਇਕਦਮ ਆ ਜਾਣਾ, ਸਮਝ ਨਾ ਕੀ ਹੋ ਗਿਆ, ਇਹੋ ਜਿਹੀਆਂ ਚੀਜ਼ਾਂ ਇਹਨਾਂ ਚ ਵੱਧ ਦਿਖੀਆਂ। ਹੁਣ ਇੰਜ ਇੱਕ ਜੇ ਕੁਝ ਕੁ ਸਮਾਂ ਹੋਏ ਮੈਂ ਕਣਕ ਦੀ ਐਲਰਜੀ ਦੀ ਗੱਲ ਕਰ, ਹੁਣ ਇਸੇ ਤਰ੍ਹਾਂ ਜਿਹਨਾਂ ਨੂੰ ਕਣਕ ਤੋਂ ਐਲਰਜੀ ਹੋਏ ਯਾਨੀ ਗਲਟਨ ਤੋਂ ਖਾਸ ਤੌਰ ਤੇ, ਉਹ ਵੀ ਅੰਤੜੀਆਂ ਵਿੱਚ ਇਸੇ ਤਰ੍ਹਾਂ ਯਾਨੀ ਬੇਰਹਿਮੀ ਨਾਲ ਅੰਦਰ ਕਹਿ ਦੋ ਕਿ ਕੱਟ ਵੱਢ ਕਰ ਦਿੰਦੀ ਹੈ ਅੰਤੜੀ ਦੀ, ਕਿਉਂਕਿ ਉਹਨੂੰ ਹਜ਼ਮ ਕਰਨ ਦੇ ਰਸ ਨਹੀਂ ਹੁੰਦੇ, ਸੋ ਤਬਾਹੀ ਲਿਆਉਂਦੀ ਜੇ ਇਸ ਸਾਲ ਤੱਕ ਕਿ ਪਹਿਲਾਂ ਕਣਕ ਦੀ ਐਲਰਜੀ, ਜੇ ਉਹ ਬੰਦਾ ਕਣਕ ਲਈ ਜਾਂਦਾ ਨਹੀਂ ਹਟਦਾ ਤਾਂ ਹੋਰ ਵੀ ਕਈ ਚੀਜ਼ਾਂ ਤੋਂ ਜਿਨ੍ਹਾਂ 'ਚ ਲੈਕਟੋਜ਼ ਯਾਨੀ ਤੁਸੀਂ ਦੁੱਧ ਤੋਂ ਵੀ ਜਾਂ ਦੁੱਧ ਦੇ ਪਦਾਰਥਾਂ ਤੋਂ ਐਲਰਜੀ ਹੋ ਜਾਣੀ, ਫਿਰ ਅੱਗੋਂ ਉਹਨੂੰ ਡਾਇਬਟੀਜ਼ ਹੋ ਜਾਣੀ, ਥਾਇਰੋਇਡ ਦੇ ਰੋਗ ਹੋ ਜਾਣੇ ਜਾਂ ਹੋਰ ਕਈ ਕੁਛ ਯਾਨੀ ਅਲਾਮਤਾਂ ਸਾਰੀਆਂ ਉਸ ਖਾਣੇ ਨਾਲ ਅੰਤੜੀਆਂ ਦੇ ਵਿੱਚ ਜਿਨ੍ਹਾਂ ਨੇ ਅਸਰ ਦਿਖਾਉਣਾ, ਤੇ ਜਿਸ ਤਰੀਕੇ ਅੱਗੋਂ ਬਿਮਾਰੀਆਂ ਦੇ ਬੀਜ ਬੀਜੇ ਜਾਣੇ ਨੇ, ਇਹ ਸਾਰਾ ਕੁਛ ਅੰਤੜੀਆਂ ਉੱਤੇ ਆਧਾਰਿਤ ਹੈ ਜਿਹੜੇ ਹਰ ਖਾਣੇ ਤੋਂ ਬਾਅਦ ਸੁਨੇਹਾ ਭੇਜ ਦਿੰਦੀਆਂ ਨੇ ਦਿਮਾਗ ਨੂੰ ਭਾਈ ਇਹ ਆਪ ਹੀ ਬਿਮਾਰ ਹੋਣਾ ਚਾਹੁੰਦਾ, ਸਾਂਭ ਲੈ ਜੋ ਤੂੰ ਕਰਨਾ, ਤੇ ਫਿਰ ਜੇ ਤਾਂ ਵਾਪਸ ਦਿਮਾਗ ਸੁਨੇਹਾ ਦੇ ਦੇਵੇ ਭਾਈ ਠੀਕ ਕਰ ਲੈ ਆਪਣੇ ਆਪ ਨੂੰ, ਤੇ ਅਸੀਂ ਉਹ ਸੁਨੇਹਾ ਫੜ ਵੀ ਲਈਏ ਫਿਰ ਤਾਂ ਸਮਝ ਲਓ ਅਸੀਂ ਤੰਦਰੁਸਤ ਹੋਣ ਲੱਗੇ ਆ, ਤੇ ਜੇ ਅਸੀਂ ਉਸ ਸੋਚ ਨੂੰ ਜਾਂ ਉਸ ਸੁਨੇਹੇ ਨੂੰ ਬਿਲਕੁਲ ਹੀ ਸੁਣਨਾ ਨਹੀਂ ਚਾਹੁੰਦੇ, ਨਕਾਰ ਦਿੰਦੇ ਹਾਂ, ਤਾਂ ਫਿਰ ਸਾਡਾ ਸਰੀਰ ਬਿਮਾਰੀਆਂ ਦਾ ਅੱਡਾ ਬਣ ਜਾਂਦਾ। ਚੀਜ਼ਾਂ 'ਤੇ ਸੋਚ ਵਿਚਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹਨਾਂ ਨੂੰ ਸੀਰੀਅਸਲੀ ਲੈਣਾ ਬਹੁਤ ਜ਼ਰੂਰੀ। ਅੱਜ ਜਿਸ ਟਾਈਮ ਤੁਸੀਂ ਦੱਸ ਰਹੇ ਹੋ ਕਿਉਂਕਿ ਅਮੂਮਨ ਭਾਵੇਂ ਅਸੀਂ ਆਪਣੇ ਬਜ਼ੁਰਗਾਂ ਤੋਂ ਅਜਿਹੀਆਂ ਗੱਲਾਂ ਸੁਣੀਆਂ ਹੋਣ ਲੇਕਿਨ ਸਾਨੂੰ ਇਲਮ ਨਹੀਂ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ ਆਪਣੇ ਨਾਲ। ਤੁਸੀਂ ਦੱਸ ਰਹੇ ਸੀ ਤਾਂ ਮੈਨੂੰ ਚੇਤੇ ਆ ਗਿਆ ਕਿ ਮੇਰੀ ਦਾਦੀ ਮੈਨੂੰ ਅਕਸਰ ਆਖਦੀ ਹੁੰਦੀ ਸੀ ਜਦੋਂ ਮੈਂ ਸਕੂਲ ਤੋਂ ਆਉਣਾ ਔਰ ਰੋਟੀ ਖਾਣੀ, ਮਾਂ ਚਾਹੀਦੀ ਹੁੰਦੀ ਹੈ ਬੱਚੇ ਨੂੰ ਜਦ ਬੱਚਾ ਥੱਕਿਆ ਹਾਰਾ ਆਉਂਦਾ, ਔਰ ਮੇਰੇ ਮੰਮਾ ਵਰਕਿੰਗ ਵੂਮੈਨ ਰਹੇ ਸ਼ੁਰੂ ਤੋਂ, ਸੋ ਸਮਾਂ ਨਹੀਂ ਦੇ ਪਾਉਂਦੇ ਸੀਗੇ, ਸੋ ਆ ਕੇ ਕੁੜਨਾ, ਕੁੜਦੇ ਕੁੜਦੇ ਕਈ ਵਾਰ ਰੋਂਦੇ ਰੋਂਦੇ ਰੋਟੀ ਖਾਣਾ, ਸੋ ਦਾਦੀ ਹਮੇਸ਼ਾ ਕਹਿੰਦੀ ਹੁੰਦੀ ਸੀ ਕੁੜ ਕੁੜ ਕੇ ਰੋਟੀ ਨਾ ਖਾ, ਤੇਰੇ ਸਰੀਰ ਨੂੰ ਨਹੀਂ ਲੱਗਣੀ, ਖੁਸ਼ ਹੋ ਕੇ ਖਾਇਆ ਕਰ। ਸੋ ਅੱਜ ਇਹ ਚੀਜ਼ਾਂ ਰਿਅਲਾਈਜ਼ ਹੋ ਰਹੀਆਂ ਜਦ ਤੁਸੀਂ ਦੱਸਿਆ ਕਿ ਉਸ ਟਾਈਮ ਸਾਨੂੰ ਇਲਮ ਨਹੀਂ ਹੁੰਦਾ ਕਿ ਸਾਡੇ ਬਜ਼ੁਰਗ ਸਾਨੂੰ ਕਹਿ ਕੀ ਰਹੇ ਆ, ਲੇਕਿਨ ਉਹ ਸਾਡੇ ਭਲੇ ਦੇ ਲਈ ਕਹਿ ਰਹੇ ਆ। ਸੋ ਅੱਜ ਦਾ ਸਮਾਂ ਤਾਂ ਬਿਲਕੁਲ ਇਸ ਤੋਂ ਕੋਈ ਕੁਤਾਹੀ ਨਹੀਂ, ਕਿੰਤੂ ਪਰੰਤੂ ਅਸੀਂ ਕਰ ਨਹੀਂ ਸਕਦੇ, ਜਿਵੇਂ ਤੁਸੀਂ ਐਗਜ਼ਾਮਪਲਸ ਵੀ ਦਿੱਤੇ ਕਿ ਆਫਿਸ ਦੇ ਵਿੱਚ ਵੀ ਅਸੀਂ ਰੋਲ ਕਰਕੇ ਜਾਂ ਭੱਜ ਦੌੜ ਕੇ 5 ਮਿੰਟਾਂ ਦੇ ਅੰਦਰ ਕਿਵੇਂ ਰੋਟੀ ਅੰਦਰ ਲੰਘਾਉਂਦੇ ਹਾਂ, ਜਾਂ ਘਰ ਵੀ ਬੈਠੇ ਹੋਈਏ ਤਾਂ ਸੋ ਜ਼ਿੰਮੇਵਾਰੀਆਂ, ਸੋ ਟੈਨਸ਼ਨਾਂ, ਉਹ ਸਾਰੀਆਂ ਦਿਮਾਗ ਦੇ ਅੰਦਰ ਚੱਲਦੀਆਂ ਰਹਿੰਦੀਆਂ ਨੇ ਜਦ ਅਸੀਂ ਆਪਣਾ ਖਾਣ ਪੀਣ ਕਰਦੇ ਹਾਂ, ਜਾਂ ਬਾਹਰ ਵੀ ਕਿਤੇ ਅਸੀਂ ਜੇਕਰ ਮੈਂਟਲ ਪੀਸ ਲੈਣ ਵੀ ਜਾਈਏ, ਘੁੰਮਣ ਵੀ ਜਾਈਏ 2-3 ਦਿਨਾਂ ਲਈ, ਉੱਥੇ ਵੀ ਅਸੀਂ ਇੰਜੋਏ ਨਹੀਂ ਕਰ ਪਾਉਂਦੇ ਕਿਉਂਕਿ ਉਹ ਜ਼ਿੰਮੇਵਾਰੀਆਂ, ਉਹ ਨੈਗੇਟਿਵ ਔਰਾ, ਉਹ ਟੈਨਸ਼ਨਸ ਦਿਮਾਗ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ। ਸੋ ਕਿਤੇ ਨਾ ਕਿਤੇ ਉਹ ਅੱਜ ਨਹੀਂ ਲੇਕਿਨ ਬਾਹਰ ਜਾ ਕੇ ਸਰੀਰ ਨੂੰ ਕਈ ਸਾਲਾਂ ਬਾਅਦ ਕਿਸ ਤਰੀਕੇ ਦੇ ਨਾਲ ਤੰਗ ਕਰਦੀਆਂ ਨੇ ਸਮਝ ਆਉਂਦਾ, ਔਰ ਅੱਜ ਦੇ ਸਮੇਂ ਸਾਡੀ ਵਰਗੀ ਜਨਰੇਸ਼ਨ ਅੱਜ ਭੁਗਤ ਰਹੀ ਹੈ। ਸੋ ਇੱਕ ਕੁਐਸਚਨ ਮਾਰਕ ਔਰ ਇੱਕ ਅਲਾਰਮਿੰਗ ਸਿਚੁਏਸ਼ਨ ਨੈਕਸਟ ਆਉਣ ਵਾਲੀ ਜਨਰੇਸ਼ਨ ਦੇ ਲਈ ਹੈ। ਸੋ ਅਗਰ ਜੇਕਰ ਮੈਂ ਸਵਾਲ ਕਰਾਂ ਕਿ ਇਸ ਤੋਂ ਕਿਸ ਤਰੀਕੇ ਦੇ ਨਾਲ ਬਚਾ, ਕਿਉਂਕਿ ਅਸੀਂ ਕਾਰਨ ਦੱਸਦੇ ਹਾਂ, ਅਸੀਂ ਸਿਮਟਮਸ ਦੱਸਦੇ ਹਾਂ, ਅਸੀਂ ਕੌਜ਼ਸ ਦੱਸਦੇ ਹਾਂ, ਲੇਕਿਨ ਬਚਾਅ ਵੀ ਅਸੀਂ ਆਪਣੇ ਸ਼ੋਅ 'ਚ ਜ਼ਰੂਰ ਦੱਸਦੇ ਹਾਂ। ਸੋ ਸਮਾਂ ਤਾਂ ਭਾਵੇਂ ਜ਼ਿਆਦਾ ਨਹੀਂ ਹੈ ਲੇਕਿਨ ਬਚਾਅ ਜ਼ਰੂਰ ਦੱਸਦੇ ਹਾਂ, ਉਸ ਤੋਂ ਬਿਨਾਂ ਸ਼ੋਅ ਪੂਰਾ ਨਹੀਂ ਹੋ ਸਕਦਾ। ਬਿਲਕੁਲ, ਮੈਂ ਤਾਂ ਨਿੱਕੇ ਨਿੱਕੇ ਨੁਕਤੇ ਉਹੀ ਜੋ ਦਾਦੀਆਂ ਨਾਨੀਆਂ ਦੇ ਸਨ ਉਹੀ ਦੱਸਣ ਲੱਗੀ ਹਾਂ, ਕਿਉਂਕਿ ਅੱਜ ਖੋਜਾਂ ਵੀ ਉਹੀ ਕੁਛ ਹੀ ਦੱਸਦੀਆਂ ਨੇ ਜੋ ਸਾਨੂੰ ਸਾਡੇ ਵੱਡੇ ਵਡੇਰਿਆਂ ਨੇ ਦੱਸਿਆ ਸੀ। ਕੀ ਚੀਜ਼? ਹਮੇਸ਼ਾ ਹੀ ਖਾਣੇ ਨੂੰ ਟੁੱਟ ਕੇ ਨਾ ਪਈਏ, ਕੁੱਲ 7 ਜਾਂ 8 ਮਿੰਟ ਹੀ ਲੱਗਦੇ ਨੇ ਜੇ ਆਰਾਮ ਨਾਲ ਖਾਣਾ ਵੀ ਚਾਹੀਏ। ਤੇ ਮੇਰਾ ਖਿਆਲ ਹੈ ਕਿ ਜੇ ਅਸੀਂ ਸਾਰਾ ਦਿਨ ਭੱਜ ਦੌੜ ਕਰਦੇ ਹਾਂ ਤਾਂ 7-8 ਮਿੰਟ ਆਪਣੇ ਲਈ ਜ਼ਰੂਰ ਕੱਢ ਸਕਦੇ ਹਾਂ, ਜਿਸਨੇ ਸ਼ਾਇਦ ਸਾਨੂੰ 20 ਸਾਲ ਲੰਬੀ ਉਮਰ ਦੇਣੀ ਹੋ, ਉਹ ਵੀ
ਨਿਰੋਗ ਯਾਨੀ ਬਿਨਾਂ ਰੋਗ ਦੇ। ਤੋ ਅਸੀਂ ਜੇ ਸਿਰਫ ਖੁਰਾਕ ਦੇਖ ਕੇ ਨਹੀਂ ਕਹਿ ਦਈਏ ਸ਼ੁਕਰ ਹੈ ਰੱਬਾ ਬਹੁਤ ਸ਼ੁਕਰ ਕਿ ਮੈਨੂੰ ਇਸ ਦੋ ਵੇਲੇ ਦਾ ਖਾਣਾ ਨਸੀਬ ਹੋਇਆ ਤੇ ਮੈਨੂੰ ਪਤਾ ਕਿ ਕਰੋੜਾਂ ਹੋਰ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਇਸ ਸਮੇਂ ਦਾ ਖਾਣਾ ਨਹੀਂ ਮਿਲਿਆ। ਬਹੁਤ ਵੱਡੀ ਸ਼ੁਕਰ ਦੀ ਗੱਲ ਹੈ। ਤੇ ਦੂਸਰੀ ਚੀਜ਼ ਕਿ ਅਸੀਂ ਮੋਬਾਈਲ ਸਵਿਚ ਆਫ 8 ਮਿੰਟ ਲਈ ਕਰ ਦਈਏ ਉਸਦੇ ਖਾਣੇ ਦੌਰਾਨ ਤੇ ਖਬਰਾਂ ਤਾਂ ਬਿਲਕੁਲ ਨਾ ਸੁਣੀਏ, ਯਾਨੀ ਜਿਹੜੀ ਚੀਜ਼ ਸਾਨੂੰ ਭੜਕਾਉਂਦੀ ਹੈ ਨਾ ਸੁਣੀਏ, ਤੋ ਆਪੋ ਵਿੱਚ ਖਿੜਖਿੜਾ ਕੇ ਗੱਲ ਕਰਦਿਆਂ ਖੂਬਸੂਰਤੀ ਨਾਲ ਇੱਕ ਦੂਜੇ ਨੂੰ ਕੁਛ ਚੰਗੀਆਂ ਗੱਲਾਂ ਕਰਦਿਆਂ ਜੇ ਰੋਟੀ ਚਬਾ ਕੇ ਖਾ ਲਈਏ, ਸੱਚ ਦੱਸਾਂ ਅੱਧਾ ਫੁਲਕਾ ਵੀ ਜੇ ਸੁੱਕਾ 2 ਦਿਨ ਪੁਰਾਣਾ ਵੀ ਹੋਏ ਚਬਾ ਕੇ ਹੌਲੀ ਹੌਲੀ ਖਾ ਕੇ ਦੇਖਿਓ ਕਿੰਨਾ ਮਿੱਠਾ ਮਹਿਸੂਸ ਹੁੰਦਾ, ਕਿਉਂਕਿ ਤੁਸੀਂ ਨਾਲ ਗੱਲ ਕਰਦਿਆਂ ਜੋ ਖੁਸ਼ੀ ਮਹਿਸੂਸ ਕਰਦੇ ਹੋ, ਜੋ ਮੁਸਕਰਾਉਂਦੇ ਹੋ, ਜੋ ਇੱਕ ਦੂਜੇ ਲਈ ਚੰਗੀ ਗੱਲ ਬੋਲਦੇ ਹੋ, ਤੁਹਾਡੇ ਅੰਦਰ ਬਹੁਤ ਕਮਾਲ ਦੇ ਹਾਰਮੋਨ ਨਿਕਲਦੇ ਨੇ ਜਿਹੜੇ ਤੁਹਾਨੂੰ ਉਹੀ ਸੁੱਕੇ ਅੱਧੇ ਫੁਲਕੇ ਵਿੱਚੋਂ ਵੀ ਸਾਰੇ ਤੱਤ ਪਹੁੰਚਾ ਦੇਣਗੇ ਜਿਹੜੇ ਸ਼ਾਇਦ ਰੱਜੇ ਪੁੱਜਿਆਂ ਨੂੰ ਵੀ ਨਹੀਂ ਪਹੁੰਚਣੇ। ਸੋ ਇਹੋ ਚੀਜ਼ ਖਤਮ ਕਰਨ ਤੋਂ ਬਾਅਦ ਫਿਰ ਇੱਕ ਵਾਰ ਹੱਥ ਜੋੜ ਕੇ ਕਹਿ ਦਈਏ ਸ਼ੁਕਰ ਹੈ ਰੱਬਾ, ਇੰਨੇ ਖਾਣ ਜੋਗੇ ਦੰਦ ਵੀ ਸਨ, ਇਹਨੂੰ ਦੇਖਣ ਲਈ ਅੱਖਾਂ ਵੀ ਸਨ, ਤੇ ਮੈਂ ਖੂਬਸੂਰਤ ਜੇ ਲਫ਼ਜ਼ ਸੁਣੇ ਕੰਨ ਵੀ ਚੱਲਦੇ ਨੇ, ਤੇ 2 ਹੱਥ ਮੇਰੇ 2 ਬਾਹਾਂ ਤੁਰ ਰਹੀਆਂ ਨੇ ਜਿਨ੍ਹਾਂ ਨੇ ਮੂੰਹ ਤੱਕ ਮੇਰੇ ਅੰਨ ਪਹੁੰਚਾ ਦਿੱਤਾ, ਤੇ ਸ਼ੁਕਰ ਹੈ ਅੱਜ ਲੱਤਾਂ ਵੀ ਚੱਲ ਰਹੀਆਂ ਨੇ, ਅਗਲੇ ਸਮੇਂ ਦਾ ਕਮਾਉਣ ਲਈ ਵੀ ਮੈਂ ਤੁਰ ਸਕਦਾ। ਸੱਚ ਜਾਣਿਓ ਪ੍ਰਭਾ ਨੇ ਇੱਕ ਵਾਰ ਸਿਰਫ ਇੱਕ ਵਾਰ ਇਸ ਤਰ੍ਹਾਂ ਕਰਕੇ ਦੇਖ ਲਿਓ ਤਾਂ ਮੈਨੂੰ ਜ਼ਰੂਰ ਫੀਡਬੈਕ ਚ ਦੱਸਿਓ ਤੁਹਾਨੂੰ ਅਗਲੇ ਵੇਲੇ ਮਹਿਸੂਸ ਕਿੱਦਾਂ ਦਾ ਹੋਇਆ, ਕਿਉਂਕਿ ਉਸ ਤੁਹਾਨੂੰ ਪੂਰੇ ਅਗਲੇ 24 ਘੰਟਿਆਂ ਲਈ ਜਿਹੜੀ ਰਵਾਨੀ ਦਏਗਾ ਨਾ, ਤੁਹਾਨੂੰ ਸੱਚਮੁੱਚ ਵੀ ਜੇ ਕੋਈ ਰੋਗ ਲੱਗ ਚੁੱਕਿਆ ਤੁਹਾਨੂੰ ਲੱਗੇਗਾ ਮੇਰਾ ਅੱਧਾ ਰੋਗ ਤਾਂ ਖਤਮ ਹੋ ਗਿਆ। ਬਿਲਕੁਲ, ਬਹੁਤ ਵੱਡੀ ਗੱਲ ਹੈ ਔਰ ਇੱਕ ਇੱਕ ਲਫ਼ਜ਼ ਦੇ ਵਿੱਚ ਸਾਰੀ ਦੁਨੀਆ ਸਮਿਟੀ ਹੋਈ ਹੈ, ਤੁਹਾਡੀ ਸਾਰੀ ਖੁਸ਼ੀਆਂ ਸਮਿਟੀਆਂ ਹੋਈਆਂ ਨੇ, ਕਿਉਂਕਿ ਸ਼ੁਕਰਾਨਾ ਗ੍ਰੈਟੀਟਿਊਡ ਦੇ ਵਿੱਚ ਜਦੋਂ ਤੁਸੀਂ ਰਹਿੰਦੇ ਹੋ ਨਾ ਤਾਂ ਚੀਜ਼ਾਂ ਬਹੁਤ ਸੌਖੀਆਂ ਹੋ ਜਾਂਦੀਆਂ। ਸ਼ੁਕਰਾਨਾ ਹੋ ਗਿਆ, ਐਕਸੈਪਟੈਂਸ ਹੋ ਗਿਆ, ਸੈਟਿਸਫੈਕਸ਼ਨ ਹੋ ਗਿਆ, ਇਹ ਜ਼ਿੰਦਗੀ ਦੇ ਅਜਿਹੇ ਫਲਸਫੇ ਨੇ ਜਿਨ੍ਹਾਂ ਨੂੰ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਅਜ਼ਮਾਈਏ ਤਾਂ ਸੱਚਮੁੱਚ ਇਹ ਡਿਪਰੈਸ਼ਨ, ਪੈਨਿਕ ਅਟੈਕਸ, ਐਨਜ਼ਾਇਟੀ ਵਰਗੀਆਂ ਚੀਜ਼ਾਂ ਬਿਲਕੁਲ ਤੁਹਾਡੇ ਤੋਂ ਦੂਰ ਭੱਜਣਗੀਆਂ, ਕਿਤੇ ਵੀ ਨੇੜੇ ਨਹੀਂ ਆ ਸਕਦੀਆਂ। ਸੋ ਸਾਨੂੰ ਸ਼ੁਕਰਦਾਰ ਹੋਣਾ ਚਾਹੀਦਾ ਉਸ ਰੱਬ ਦਾ ਵੀ ਤੇ ਨਾਲ ਆਪਣੀਆਂ ਨੇਚਰ ਦਾ ਵੀ ਜਿਹਨੇ ਸਾਨੂੰ ਇੰਨੀਆਂ ਸੋਹਣੀਆਂ ਚੀਜ਼ਾਂ ਦਿੱਤੀਆਂ ਨੇ ਕਿ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਸਿਹਤ ਨੂੰ ਹਮੇਸ਼ਾ ਸਿਹਤਯਾਬ ਰੱਖ ਸਕਦੇ ਹਾਂ। ਸੋ ਉਸਨੂੰ ਕਰਨਾ ਕਿਸ ਤਰੀਕੇ ਦੇ ਨਾਲ ਹੈ ਇਹ ਸਾਡੇ 'ਤੇ ਡਿਪੈਂਡ ਕਰਦਾ, ਜਾਂ ਤਾਂ ਚੰਗੀ ਚੀਜ਼ ਲੈ ਕੇ ਉਸਨੂੰ ਚੰਗਾ ਬਣਾਈਏ ਜਾਂ ਉਸਦੇ ਵਿੱਚੋਂ ਮਾੜਾ ਕੱਢ ਕੇ ਉਸਨੂੰ ਮਾੜਾ ਬਣਾਈਏ, ਲੇਕਿਨ ਮਾੜਾ ਅਗਰ ਬਣਾਵਾਂਗੇ ਤਾਂ ਨੁਕਸਾਨ ਸਾਡਾ ਹੀ ਹੋਵੇਗਾ, ਚੰਗਾ ਬਣਾਵਾਂਗੇ ਤਾਂ ਆਉਣ ਵਾਲੀ ਪੀੜ੍ਹੀ ਵੀ ਸਾਡਾ ਧੰਨਵਾਦ ਕਰੇਗੀ। ਸੋ ਮੈਮ ਬਹੁਤ ਬਹੁਤ ਧੰਨਵਾਦ, ਆਪਣਾ ਕੀਮਤੀ ਸਮਾਂ ਤੁਸੀਂ ਅੱਜ ਦੇ ਪ੍ਰੋਗਰਾਮ 'ਚ ਕੱਢਿਆ, ਸਤਿ ਸ਼੍ਰੀ ਅਕਾਲ। ਸੋ ਸਾਂਝੀ ਗੱਲਬਾਤ ਦੀ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਆਈ, ਦੇਸ਼ ਦੁਨੀਆ ਦੀ ਤਮਾਮ ਵੱਡੀ ਖਬਰਾਂ ਅਤੇ ਹੋਰ ਪ੍ਰੋਗਰਾਮਸ ਦੇ ਲਈ ਤੁਸੀਂ ਜੁੜੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।